ਦੇ ਵਿੱਚ ਨਸ਼ੇ ਦੇ ਮੁੱਦੇ ਨੂੰ ਲੈ ਕੇ ਲਗਾਤਾਰ ਪੂਰੀ ਨਕੇਲ ਕੱਸੀ ਜਾ ਰਹੀ ਹੈ। ਇਸੇ ਅਵਜ਼ ਦੇ ਵਿੱਚ ਇੱਕ ਇਨਪੁੱਟ ਸੀ ਪੰਜਾਬ ਪੁਲਿਸ ਦੇ ਮੋਹਾਲੀ ਜ਼ਿਲ੍ਹੇ ਦੇ ਏਅਰਪੋਰਟ ਰੋਡ 'ਤੇ ਇੱਕ ਟਰੱਕ ਆ ਰਿਹਾ ਔਰ ਪੂਰੀ ਪੇਟੀਆਂ ਕਰੀਬ 250 ਤੋਂ 300 ਪੇਟੀਆਂ ਜਿਹੜੀਆਂ ਉਹ ਚੰਡੀਗੜ੍ਹ ਤੋਂ ਲੋਡ ਹੋ ਕੇ ਹਰਿਆਣਾ ਜਾ ਰਹੀ ਸੀ। ਤਸਵੀਰਾਂ ਤੁਸੀਂ ਵੇਖ ਰਹੇ ਹੋ, ਇਹ ਮੌਕੇ ਦੀ ਤਸਵੀਰਾਂ ਨੇ ਨਿਊਜ਼ 18 'ਤੇ ਸਿਰਫ ਐਕਸਕਲੂਸਿਵ ਤਸਵੀਰਾਂ ਜਿੱਥੇ ਅਧਿਕਾਰੀ ਪਹੁੰਚੇ ਹੋਏ ਨੇ ਔਰ ਇਹ ਚੰਡੀਗੜ੍ਹ ਦੇ ਬ੍ਰਾਂਡ ਦੀ ਇਹ ਤਸਵੀਰਾਂ ਨੇ ਜਿੱਥੇ ਇਹ ਪੂਰੀ ਜਿਹੜਾ ਟਰੱਕ ਹੈ ਉਹਨੂੰ ਖਾਲੀ ਕਰਾਇਆ ਗਿਆ ਔਰ ਮੌਕੇ 'ਤੇ ਸੀਨੀਅਰ ਅਧਿਕਾਰੀ ਵੀ ਪਹੁੰਚੇ ਹੋਏ ਨੇ, ਉਹਨਾਂ ਨਾਲ ਵੀ ਅਸੀਂ ਗੱਲਬਾਤ ਕਰਾਂਗੇ। ਚੰਡੀਗੜ੍ਹ ਤੋਂ ਲੋਡ ਹੋ ਕੇ ਇਹ ਪੰਜਾਬ ਹੁੰਦੇ ਹੋਏ ਹਰਿਆਣਾ ਪਹੁੰਚ ਰਹੀ ਸੀ ਜਿਹੜੀ ਹੁਣ ਤੱਕ ਦੀ ਇਨਪੁੱਟ ਮਿਲੀ ਹੈ। ਪੁਲਿਸ ਨੂੰ ਇੱਕ ਟਿਪ ਆਫ ਸੀ ਔਰ ਟਿਪ ਆਫ ਤੋਂ ਬਾਅਦ ਪੁਲਿਸ ਨੇ ਇਸ ਟਰੱਕ ਨੂੰ ਰੋਕ ਕੇ ਇਹਦੇ ਵਿੱਚ ਮੈਕਡੋਨਲਡ ਤੇ ਹੋਰ ਵੀ ਜਿਹੜੇ ਬ੍ਰਾਂਡ ਦੀ ਇਹਦੇ ਵਿੱਚ ਜਿਹੜੀ ਸ਼ਰਾਬ ਹੈ ਉਹ ਕਾਬੂ ਕੀਤੀ ਹੈ। 250 ਤੋਂ ਪਲੱਸ ਪੇਟੀਆਂ ਦੱਸੀ ਜਾ ਰਹੀ ਨੇ ਜਿਸ ਨੂੰ ਲੈ ਕੇ ਹੁਣ ਪੁਲਿਸ ਇਹਦੇ ਵਿੱਚ ਇਨਵੈਸਟੀਗੇਸ਼ਨ ਕਰ ਰਹੀ ਹੈ। ਟਰੱਕ ਨੂੰ ਕਾਬੂ ਕਰ ਲਿਆ ਗਿਆ, ਇੱਥੇ ਹੀ ਡਾਕਾ ਲਾਇਆ ਹੋਇਆ ਸੀਗਾ ਜਿਹੜੀ ਹੁਣ ਤੱਕ ਦੀ ਜਾਣਕਾਰੀ ਪੁਲਿਸ ਵੱਲੋਂ ਦਿੱਤੀ ਗਈ ਹੈ। ਸੀਨੀਅਰ ਅਧਿਕਾਰੀ ਵੀ ਸਾਡੇ ਨਾਲ ਜੁੜੇ ਹੋਏ ਨੇ, ਡੀਐਸਪੀ ਹਰਸਿਮਰਨ ਸਿੰਘ ਬਲ ਸਰ, ਨਸ਼ੇ ਦੇ ਮੁੱਦੇ ਨੂੰ ਲੈ ਕੇ ਲਗਾਤਾਰ ਪੰਜਾਬ ਸਰਕਾਰ ਕਦਮ ਚੁੱਕ ਰਹੀ ਹੈ, ਅੱਜ ਇੱਕ ਵੱਡੀ ਕਾਮਯਾਬੀ। ਹਾਂਜੀ, ਇਹ ਸਾਨੂੰ ਇਹਦਾ ਨਾ ਟਿਪ ਆਫ ਸੀ, ਇੱਥੇ ਅਸੀਂ ਨਾਕਾਬੰਦੀ ਸਪੈਸ਼ਲ ਕਰਵਾਈ ਹੋਈ ਸੀਗੀ SHO IT ਸਿਟੀ ਵੱਲੋਂ, SI ਗੁਰਪ੍ਰੀਤ ਸਿੰਘ ਅਤੇ ਅਸੀਂ ਐਕਸਾਈਜ਼ ਨੂੰ ਵੀ ਨਾਲ ਲਿਆ ਸੀ। ਸਾਡੇ ਕੋਲ ਮਤਲਬ ਬੜੀ ਪੈਟ ਇਨਫੋਰਮੇਸ਼ਨ ਸੀ ਵੀ ਲੋਕ ਚੰਡੀਗੜ੍ਹ ਤੋਂ ਜਾ ਕੇ ਵਾਇਆ ਜਗਤਪੁਰਾ ਕੰਡਾਲਾ ਇਹਦੇ ਵਿੱਚ ਦੀ ਹੋ ਕੇ ਅਤੇ ਇਹ ਇੱਧਰੋਂ ਆ ਕੇ ਇਹ ਆਪਣੇ ਹਰਿਆਣੇ ਨੂੰ ਚੰਡੀਗੜ੍ਹ ਰੂਟ ਹੈ ਉਹ। ਹਾਂਜੀ, ਮਤਲਬ ਕਿਉਂਕਿ ਮੇਨ ਰੋਡਾਂ 'ਤੇ ਸਾਡੇ ਨਾਕਾਬੰਦੀ ਹੁੰਦੀ ਹੈ ਅਤੇ ਇਹ ਜਿਹੜੇ ਬੰਦੇ ਹੈ ਜਿਵੇਂ ਜਿਹੜਾ ਅਸੀਂ ਆ ਮੁਲਜ਼ਮ ਫੜਿਆ ਹੈ ਇਹ ਬੰਸੀ ਹੈ, ਬੰਸੀ ਸੋਨੀਪਤ ਹਰਿਆਣੇ ਦਾ ਹੈ ਅਤੇ ਇਹ ਮਤਲਬ ਕੋਈ ਵਿਚਲੇ ਰੂਟਸ ਨੂੰ ਕੋਈ ਵੀ ਬੰਦਾ ਇਹ ਨਹੀਂ ਗਿਣਦਾ ਵੀ ਇੱਥੇ ਵੀ ਕੋਈ ਇਹੋ ਜਿਹੀ ਗੱਲ ਹੋ ਸਕਦੀ। ਅੱਜ ਸਾਨੂੰ ਮਤਲਬ ਇਨਫੋਰਮੇਸ਼ਨ ਹੋਣ ਕਰਕੇ ਅਸੀਂ ਇੱਥੇ ਨਾਕਾਬੰਦੀ ਕੀਤੀ ਹੋਈ ਸੀ ਅਤੇ ਜਦੋਂ ਇਹ ਟਰੱਕ ਆਇਆ ਅਤੇ ਫਿਰ ਇਹਨੇ ਯਕਦਮ ਅੰਦਰ ਨੂੰ ਪੁਲਿਸ ਪਾਰਟੀ ਨੂੰ ਵੇਖ ਕੇ ਅਤੇ ਅੰਦਰ ਨੂੰ ਮੋੜ ਲਿਆ ਜਿਹਨੂੰ ਹੱਥ ਦੇ ਕੇ ਰੁਕਿਆ। ਇਸੇ ਮੌਕੇ 'ਤੇ ਹੀ ਸਰ ਇੱਥੇ ਹੀ ਜੀ ਇੱਥੇ ਹੀ ਮਤਲਬ ਇਹਦੀ ਸਾਰੀ ਡਿਟੇਲਿੰਗ ਤੁਹਾਨੂੰ ਇੰਸਪੈਕਟਰ ਕੁਲਵਿੰਦਰ ਸਿੰਘ ਐਕਸਾਈਜ਼ ਵਾਲੇ ਵੀ ਤੁਹਾਨੂੰ ਦੇਣ, ਐਕਸਾਈਜ਼ ਦੇ ਜਿਹੜੇ ਇੰਸਪੈਕਟਰ ਨੇ ਉਹ ਵੀ ਸਾਡੇ ਨਾਲ ਨੇ ਸਰ, ਕਿਉਂਕਿ ਪੁਲਿਸ ਦੀ ਇੱਕ ਵੱਡੀ ਕਾਮਯਾਬੀ ਅਸੀਂ ਕਹਿ ਸਕਦੇ ਹਾਂ, ਲਗਾਤਾਰ ਨਸ਼ੇ ਨੂੰ ਲੈ ਕੇ ਵੀ ਕੰਮ ਕੀਤਾ ਜਾ ਰਿਹਾ। ਅੱਜ ਦੀ ਜਿਹੜੀ ਟਿਪ ਆਫ ਸੀ ਕਿੰਨੀ ਕੁ ਪੇਟੀਆਂ ਜਾਂ ਕਿੱਥੋਂ ਦੀ ਕਿਹੜੇ ਬ੍ਰਾਂਡ ਦੀ ਹੈ? ਦੇਖੋ ਜੀ, ਜਿਹੜੀ ਨਜਾਇਜ਼ ਸ਼ਰਾਬ ਨੂੰ ਰੋਕਣ ਲਈ ਪੰਜਾਬ ਸਰਕਾਰ ਵੱਲੋਂ ਬਹੁਤ ਸਖ਼ਤ ਜਿਹੜੀ ਹੈ ਉਹ ਕਾਨੂੰਨ ਕੀਤਾ ਜਾ ਰਿਹਾ ਔਰ ਨਾਲ ਦੀ ਨਾਲ ਅੱਜ ਜਿਹੜੀ ਇਨਫੋਰਮੇਸ਼ਨ ਸੀ ਐਕਸਾਈਜ਼ ਨੂੰ ਪਲੱਸ ਪੁਲਿਸ ਨੂੰ ਸਾਡੇ ਕੋਲ ਸਾਂਝੀ ਇਨਫੋਰਮੇਸ਼ਨ ਸੀ ਵੀ ਚੰਡੀਗੜ੍ਹ ਤੋਂ ਸ਼ਰਾਬ ਜਿਹੜੀ ਹੈ ਸਮਗਲ ਹੋ ਰਹੀ ਹੈ ਉੱਥੋਂ ਪੰਜਾਬ ਦੇ ਰੂਟ ਰਾਹੀਂ ਜਾਂ ਪੰਜਾਬ ਦੇ ਵਿੱਚ ਜਾਂ ਕਿਤੇ ਹੋਰ ਇਹਨੂੰ ਲੈ ਕੇ ਜਾਇਆ ਜਾਣਾ ਸੀਗਾ। ਜਦੋਂ ਅਸੀਂ ਇੱਥੇ ਨਾਕਾਬੰਦੀ ਕੀਤੀ ਸੀ, ਨਾਕਾਬੰਦੀ 'ਤੇ ਜਦੋਂ ਅਸੀਂ ਸ਼ਰਾਬ ਚੈੱਕ ਕੀਤੀ, ਜੋ ਗੱਡੀ ਰੋਕੀ ਗਈ, ਗੱਡੀ ਰੋਕ ਤੋਂ ਬਾਅਦ ਚੈੱਕ ਕੀਤੀ ਅਤੇ ਇਹਦੇ 'ਚ 160 ਪੇਟੀਆਂ ਆਲ ਸੀਜ਼ਨ ਦੀਆਂ ਔਰ 90 ਪੇਟੀਆਂ ਮੈਕਡਬਲ ਦੀਆਂ ਜਿਹੜੀਆਂ ਬਰਾਮਦ ਦੀਆਂ ਜਿਹੜੀ ਫਾਰ ਸੇਲ ਇਨ ਚੰਡੀਗੜ੍ਹ ਸੀ। ਇਹਨਾਂ ਕੋਲ ਕੋਈ ਵੀ ਕਿਸੇ ਤਰ੍ਹਾਂ ਪੁੱਛਣ 'ਤੇ ਡਰਾਈਵਰ ਨੂੰ ਪੁੱਛਣ 'ਤੇ ਕੋਈ ਵੀ ਪਾਸ ਪਰਮਿਟ ਜਿਹੜਾ ਸੀ ਕਿਸੇ ਤਰ੍ਹਾਂ ਦਾ ਡਾਕੂਮੈਂਟਸ ਨਹੀਂ ਸੀ ਅਤੇ ਜਿੱਥੋਂ ਉਹਨਾਂ ਦੇ ਬਿਆਨੋਂ ਤੋਂ ਲੱਗਦਾ ਕਿ ਸ਼ਰਾਬ ਇਲੀਗਲੀ ਸਮਗਲ ਹੋ ਰਹੀ ਸੀਗੀ। ਸਰ, ਨਸ਼ਾ ਤਸਕਰੀ ਨੂੰ ਲੈ ਕੇ ਲਗਾਤਾਰ ਐਕਸਾਈਜ਼ ਵੱਲੋਂ ਵੀ ਪੁਲਿਸ ਵੱਲੋਂ ਵੀ ਕੰਮ ਕੀਤਾ ਜਾ ਰਿਹਾ, ਲੇਕਿਨ ਇਹ ਫਿਰ ਵੀ ਹਜੇ ਨਹੀਂ ਰੁਕ ਰਿਹਾ, ਇਹ ਵੱਡੇ ਜਿਹੜੇ ਮਾਸਟਰ ਮਾਈਂਡ ਨੇ, ਵੱਡੇ ਮਗਰਮੱਛ ਹੈ, ਉਹਨਾਂ ਦੇ ਵਾਸਤੇ ਕਿਸ ਤਰ੍ਹਾਂ ਦਾ ਕੰਮ? ਦੇਖੋ, ਇਹਦੇ ਪਿੱਛੇ ਜ਼ਰੂਰ ਜਿਹੜੀ ਕਿ ਵੱਡੇ ਕੋਈ ਲੋਕਾਂ ਦਾ ਹੱਥ ਹੋ ਸਕਦਾ, ਬਾਕੀ ਇਸ ਬਾਰੇ ਅਸੀਂ ਇਨਵੈਸਟੀਗੇਟ ਜਿਹੜੀ ਉਹ ਕਰ ਰਹੇ ਹਾਂ। ਜਿਹੜੇ ਸਾਡੇ IO ਨੇ ਜਾਂ DSP ਸਾਹਿਬ ਕੋਲ ਖੜ੍ਹੇ ਨੇ ਔਰ ਥਾਣਾ ਮੁਖੀ ਵੀ ਖੜ੍ਹੇ ਨੇ ਸਿਮਰ ਸਿੰਘ ਜੀ, ਉਹ ਅਸੀਂ ਇਹਨੂੰ ਐਕਸਾਈਜ਼ ਵੱਲੋਂ ਵੀ ਅਸੀਂ ਇਹਨੂੰ ਪੂਰੀ ਤਰ੍ਹਾਂ ਛਾਨਬੀਨ ਕਰਾਂਗੇ ਕਿ ਇਹਦੇ ਪਿੱਛੇ ਕਿਹੜੇ ਨੈਚੁਰਲ ਸਾਹਿਬ। ਇੱਕ ਸਵਾਲ ਹੋ ਰਿਹਾ ਕਿਉਂਕਿ ਨਸ਼ਾ ਤਸਕਰ ਨੂੰ ਰੋਕਣ ਵਾਸਤੇ ਲਗਾਤਾਰ ਤੁਸੀਂ ਕੰਮ ਕਰੋ, ਲੇਕਿਨ ਇਸ ਤਰ੍ਹਾਂ ਦੇ ਜਿਹੜੇ ਵੱਡੇ ਵਿੱਚ ਦੇ ਰੂਟ ਜਿਹੜੇ ਉਹ ਅਪਣਾਏ ਜਾਂਦੇ ਨੇ, ਉਹਨੂੰ ਠੱਲ ਪਾਉਣ ਵਾਸਤੇ ਕਿਸ ਤਰ੍ਹਾਂ ਦੇ ਕੰਮ? ਇਹ ਬੇਸਿਕਲੀ ਕੀ ਹੁੰਦਾ ਹੈ ਵੀ ਕ੍ਰਾਈਮ ਕਰਨਾ ਜਿਹੜੇ ਕ੍ਰਿਮੀਨਲ ਹੈ ਉਹਨਾਂ ਦਾ ਕੰਮ ਹੈ ਅਤੇ ਪੁਲਿਸ ਦਾ ਕੰਮ ਹੁੰਦਾ ਹੈ ਵੀ ਇਹਨਾਂ ਨੂੰ ਫੜਨਾ। ਸੋ ਇਸ ਕਰਕੇ ਮਤਲਬ ਇਹ ਜਿੰਨਾ ਮਰਜ਼ੀ ਇਹਨਾਂ ਨੂੰ ਕ੍ਰਿਮੀਨਲਸ ਨੂੰ ਜਦੋਂ ਆਪਾਂ ਭਾਵੇਂ ਸਮਝਾ ਵੀ ਲਓ,
ਪਰ ਇਹ ਆਪਣੇ ਕੰਮ ਤੋਂ, ਕਿਉਂਕਿ ਇਹਨਾਂ ਨੂੰ ਈਜ਼ੀ ਮਨੀ ਜਿਹੜੀ ਹੈ ਇਸੇ ਚੀਜ਼ 'ਚ ਹੀ ਮਿਲਦੀ ਹੈ। ਸੋ ਈਜ਼ੀ ਮਨੀ ਦੇ ਚੱਕਰ 'ਚ ਇਹ ਹੁਣ ਜਿਵੇਂ ਇਹ ਸਿੰਪਲ ਇੱਕ ਟਰੱਕ ਡਰਾਈਵਰ ਹੈ, ਹੁਣ ਇਹਦੀ ਅਸੀਂ ਬਿਲਕੁਲ ਬਰੀਕੀ ਨਾਲ ਜਾਂਚ ਕਰਾਂਗੇ ਵੀ ਕਿੱਥੋਂ ਇਹ ਦਾਰੂ ਆਈ ਹੈ, ਕਿਸ ਬੰਦੇ ਨੇ, ਕਿਉਂਕਿ ਇਹ ਐਡਾ ਬੰਦਾ ਗਰੀਬ ਆਦਮੀ ਐਡਾ ਵੱਡਾ ਪ੍ਰੋਜੈਕਟ, ਇਸਨੂੰ ਅੱਗੇ ਰੱਖਦੇ, ਇਹਨੂੰ ਅੱਗੇ ਅਸੀਂ ਦੋਵੇਂ ਪਾਸੇ ਹੁੰਦੀ ਅਪਵਰਡ ਲਿੰਕੇਜ ਅਤੇ ਬੈਕਵਰਡ ਲਿੰਕੇਜ ਸਾਰਾ ਵੇਖ ਕੇ ਫਿਰ ਅਸੀਂ ਇਹਦੀ ਸਾਰਾ ਸਿਸਟਮ ਦੇ ਵਿੱਚ ਜੋ ਵੀ ਇਹਨਾਂ 'ਤੇ ਜਿਹੜੇ ਵੀ ਇਹਦੇ ਵਿੱਚ ਮੇਨ ਵੱਡੀਆਂ ਮੱਛੀਆਂ ਜਿਹੜੀਆਂ ਆਪਾਂ ਕਹਿ ਸਕਦੇ ਹਾਂ ਉਹਨਾਂ ਨੂੰ ਵੀ ਫੜ ਕੇ ਅੰਦਰ ਭੇਜੇ। ਸਮਝ ਜੀ, ਕਿਉਂਕਿ ਤੁਸੀਂ ਨਾਕਾ ਲਾਇਆ ਹੋਇਆ ਸੀਗਾ, ਇਨਪੁੱਟ ਕੀ ਸੀ ਕਿ ਇਸ ਪਹਿਲਾਂ ਵੀ ਇੱਥੇ ਗਏ ਜਾਂ ਫਿਰ ਪਹਿਲੀ ਵਾਰੀ? ਇਹਨਾਂ ਨਾਕਾ ਸਾਡੇ ਸਬ ਇੰਸਪੈਕਟਰ ਗੁਰਪ੍ਰੀਤ ਨੇ ਲਾਇਆ ਹੋਇਆ ਸੀਗਾ, ਇਹਨਾਂ ਦੇ ਨਾਲ ਐਕਸਾਈਜ਼ ਇੰਸਪੈਕਟਰ ਸਾਹਿਬ ਨੇ, ਕੁਲਵਿੰਦਰ ਸਿੰਘ, ਇਹਨਾਂ ਦੀ ਟੀਮ ਸੀਗੀ। ਇਹ ਜੋ ਹੁਣ ਤੱਕ ਪਤਾ ਲੱਗਿਆ ਹੈ ਐਸਕੇਪ ਰੂਟ ਯੂਜ਼ ਕਰਦੇ ਨੇ ਹਰਿਆਣਾ ਜਾਣ ਲਈ। ਓਕੇ, ਹਰਿਆਣਾ ਦੇ ਵਿੱਚ ਫਿਰ ਇਹ ਸ਼ਰਾਬ ਵੇਚਦੇ ਨੇ ਇਹ। ਠੀਕ ਹੈ, ਅਤੇ ਇਹ ਕਾਫ਼ੀ ਚਿਰ ਤੋਂ ਇਹਦੇ ਦੱਸਣ ਦੇ ਮੁਤਾਬਕ, ਜਿੰਨੇ ਕਿ ਨੇ ਮੋਟਾ ਦੱਸਿਆ ਗੁਰਪ੍ਰੀਤ ਨੂੰ ਥੋੜ੍ਹੀ ਪੁੱਛਗਿੱਛ ਹੋਈ ਆ, ਉਹਦੇ ਵਿੱਚ ਇਹਨੇ ਦੱਸਿਆ ਕਿ ਮੈਂ 5 ਸਾਲ ਤੋਂ ਲਗਾਤਾਰ ਇਹੀ ਕੰਮ ਕਰ ਇਕੱਲਾ ਹੀ ਸੀ ਸਰ? ਹਾਂਜੀ, ਇਕੱਲਾ ਸੀਗਾ ਟਰੱਕ। ਅਤੇ ਸਰ ਐਕਸਾਈਜ਼ ਦਾ ਜਿੱਦਾਂ ਸਰ ਨੇ ਵੀ ਦੱਸਿਆ ਕਿ ਲਗਾਤਾਰ ਟਿਪ ਆਫ ਮਿਲਦੀ ਹੈ, ਹੋਰ ਕਿਸ ਤਰ੍ਹਾਂ ਦੇ ਐਕਸਾਈਜ਼ ਵੱਲੋਂ ਕਦਮ? ਦੇਖੋ ਜੀ, ਐਕਸਾਈਜ਼ ਵੱਲੋਂ ਸਾਡੇ ਮਾਣਯੋਗ ਐਕਸਾਈਜ਼ ਕਮਿਸ਼ਨਰ ਵਰੁਣ ਰਜ਼ੁਮ ਜੀ ਦੇ ਦਿਸ਼ਾ ਨਿਰਦੇਸ਼ ਅਨੁਸਾਰ ਲਗਾਤਾਰ ਹੀ ਜਿਹੜੀਆਂ ਡੇਲੀ ਦੇ ਬੇਸਿਸ 'ਤੇ ਅਸੀਂ ਚੈੱਕ ਕਰਦੇ ਰਹਿੰਦੇ ਹਾਂ। ਔਰ ਮੋਸਟਲੀ ਜਿਹੜੀ ਸਾਡੀ ਬਹੁਤ ਜ਼ਿਆਦਾ, ਅਸੀਂ ਪਿਛਲੇ ਟਾਈਮ ਦੇ ਵਿੱਚ ਵੀ ਕਾਫੀ ਬਰਾਮਦਗੀਆਂ ਕੀਤੀਆਂ ਨੇ, ਜਿਹੜੀ ਚੰਡੀਗੜ੍ਹ ਤੋਂ ਜਿਹੜੀ ਸ਼ਰਾਬ ਸਮਗਲ ਹੁੰਦੀ ਹੈ, ਅੱਜ ਵੀ ਸਾਡੀ ਉਹਨਾਂ ਦੇ ਦਿਸ਼ਾ ਨਿਰਦੇਸ਼ ਅਨੁਸਾਰ ਹੀ ਅਸੀਂ ਜਿਹੜੀ ਨਾਕਾਬੰਦੀ ਜਾਂ ਸਾਡੇ ਜੋ ਪੈਟ ਇਨਫੋਰਮਰ ਨੇ ਉਹਨਾਂ ਦੇ ਬਿਹਾਫ ਤੇ ਅਸੀਂ ਨਾਕਾਬੰਦੀ ਕੀਤੀ ਸੀ, ਜਿਹਦੇ ਨਾਲ ਸਾਡੀ ਵੱਡੀ ਕਾਮਯਾਬੀ ਸਾਨੂੰ ਹਾਸਲ। ਬਿਲਕੁਲ, ਜਿੱਦਾਂ ਐਕਸਾਈਜ਼ ਤੇ ਪੁਲਿਸ ਵੱਲੋਂ ਲਗਾਤਾਰ ਇਹਦੇ ਵਿੱਚ ਜਿਹੜੀ ਹੈਗੀ ਹੈ ਉਹ ਇਨਵੈਸਟੀਗੇਸ਼ਨ ਕੀਤੀ ਜਾ ਰਹੀ ਹੈ, ਕਿਉਂਕਿ ਇੱਕ ਜਿਹੜਾ ਫੜਿਆ ਗਿਆ, ਕਾਬੂ ਕੀਤਾ ਗਿਆ, ਉਹ ਸਿਰਫ ਡਰਾਈਵਰ ਸੀਗਾ, ਯਾਨੀ ਕਿ ਇਸ ਟਰੱਕ ਦੇ ਵਿੱਚ ਡਰਾਈਵਰ ਸੀ, ਔਰ ਬੜੀ ਸ਼ਾਤਿਰ ਤਰੀਕੇ ਦੇ ਨਾਲ ਇਹ ਫੱਟੇ ਇਹਨੇ ਇਹ ਪਲਾਏ ਦੇ ਜਿਹੜੇ ਬੋਰਡ ਨੇ ਇਹ ਜਿਹੜੀ ਪੇਟੀਆਂ ਨੇ ਉਹਦੇ ਉੱਪਰ ਇਹ ਪਲਾਏ ਦੇ ਬੋਰਡ ਲਾਏ ਹੋਏ ਸੀਗੇ, ਯਾਨੀ ਕਿ ਕਿਸੇ ਨੂੰ ਸ਼ੱਕ ਨਾ ਹੋਵੇ, ਇਹ ਪਲਾਏ ਦੇ ਬੋਰਡ ਲਾ ਕੇ ਪੂਰਾ ਉਸਨੂੰ ਕਵਰ ਕੀਤਾ ਹੋਇਆ ਸੀਗਾ, ਜੇਕਰ ਕੋਈ ਰੋਕਦਾ ਹੈ ਤਾਂ ਉਹਨੂੰ ਕਿਹਾ ਜਾਏ ਕਿ ਇਹ ਪਲਾਏ ਦੇ ਬੋਰਡ ਜਿਹੜੇ ਹੈ ਉਹ ਲੈ ਕੇ ਜਾਇਆ ਜਾ ਰਹੇ, ਬੜੇ ਸ਼ਾਤਿਰ ਤਰੀਕੇ ਨਾਲ। ਲੇਕਿਨ ਪੁਲਿਸ ਨੂੰ ਇੱਕ ਟਿਪ ਆਫ ਸੀ, ਐਕਸਾਈਜ਼ ਨੂੰ ਇੱਕ ਟਿਪ ਆਫ ਸੀ, ਜਿਸ ਤੋਂ ਬਾਅਦ ਇਸ ਨੂੰ ਕਾਬੂ ਕਰਕੇ ਹੁਣ ਜਿੰਨੀ ਵੀ ਪੇਟੀਆਂ ਨੇ ਉਹ ਕੀਤੀ ਗਈ ਹੈ। ਤੇ DSP ਹਰਸਿਮਰਨ ਸਿੰਘ ਬਲ ਨੇ, ਬਲ ਸਰ, ਕਿਉਂਕਿ ਇਹ ਸੈਂਸਿਟਿਵ ਪੁਆਇੰਟਸ ਹੈ, ਵਿੱਚ ਵਿੱਚ ਦੇ ਜਿਹੜੇ ਰੋਡਸ ਨੇ, ਇਹਦੇ ਵਿੱਚ ਹੁਣ ਕਿਸ ਤਰ੍ਹਾਂ ਦੀ ਜਿਹੜੀ ਅੱਗੇ ਰਣਨੀਤੀ ਤਿਆਰ ਕੀਤੀ ਜਾ ਰਹੀ ਐਕਸਾਈਜ਼ ਦੇ ਨਾਲ ਮਿਲ ਕੇ, ਕਿ ਅੱਗੇ ਇਸ ਤਰ੍ਹਾਂ ਦੀ ਤਸਕਰੀ ਨਾ ਹੋਣ ਜਾਂ ਇਸ ਤਰ੍ਹਾਂ ਦੇ ਜਿਹੜੇ ਬੈਡ ਅਨਸਰ ਨੇ ਉਹ ਕੰਮ ਨਾ ਕਰਨ? ਜਿੱਦਾਂ ਕਿ ਸਾਡੇ DIG ਮੈਡਮ ਅਤੇ ਸਾਡੇ SSP ਸਾਹਿਬ ਮੋਹਾਲੀ ਡਾਕਟਰ ਸੰਦੀਪ ਗਰ, ਉਹਨਾਂ ਨੇ ਸਾਨੂੰ ਬੜੀ ਕਲੀਅਰ ਇੰਸਟਰਕਸ਼ਨ ਹੈ ਵੀ ਆਪਣੇ ਏਰੀਏ ਦੇ ਵਿੱਚ ਕਿਸੇ ਤਰੀਕੇ ਦਾ ਕੋਈ ਡਰੱਗ ਨਹੀਂ ਜਾਂ ਕੋਈ ਮਤਲਬ ਕਿਸੇ ਤਰੀਕੇ ਦਾ ਵੀ ਨਸ਼ਾ ਤਸਕਰੀ ਨਹੀਂ ਹੋਣ ਦੇਣੀ। ਸੋ ਇਹ ਜਿਹੜੇ ਬੰਦੇ ਹੈ ਇਹਨਾਂ ਨੇ, ਤੁਸੀਂ ਇਹ ਵੇਖੋ ਵੀ ਰੂਟ ਜਿਹੜਾ ਹੈ, ਮਤਲਬ ਬਿਫੋਰ ਐਂਟਰੀ ਇਹ ਚੰਡੀਗੜ੍ਹ 'ਚ ਪੈਂਦਾ ਰਸਤਾ, ਫਿਰ ਯਕਦਮ ਛੋਟੇ ਰੋਡ ਦੇ ਥਰੂ ਇਹ ਅੰਦਰ, ਐਸਕੇਪ ਰੂਟ ਆਪਾਂ ਇਹਨੂੰ ਕਹਿ ਸਕਦੇ ਹਾਂ, ਉਹਦੇ ਤੋਂ ਇਹ ਜਗਤਪੁਰਾ ਥਾਣੀ ਹੋ ਕੇ ਅਤੇ ਇੱਧਰ ਨੂੰ ਆਏ ਹੈ, ਅਤੇ ਇੱਥੇ ਅਸੀਂ ਸਾਡੀ ਪੁਲਿਸ ਦੇ ਅਸੀਂ ਦਿਨ ਰਾਤ ਸਾਡੇ ਰਾਊਂਡ ਦੀ ਕਲੋਕ ਨਾਕੇ ਲੱਗਦੇ ਰਹਿੰਦੇ ਆ, ਅਤੇ ਉਹਦੇ ਪਰ ਇਹੋ ਜਿਹੇ ਕੰਮ ਅਸੀਂ ਕੀ ਹੈ ਵੀ ਪੈਟ ਇਨਫੋਰਮੇਸ਼ਨ ਨਾਲ ਵੀ ਹੁੰਦੇ ਆ। ਸੋ ਇਹ ਸਾਡੇ SSP ਸਾਹਿਬ ਮੋਹਾਲੀ ਡਾਕਟਰ ਸੰਦੀਪ ਗਰਗ ਸਾਹਿਬ ਨੇ ਜਿੱਦਾਂ ਨਾਕਾਬੰਦੀ, ਇੱਕ ਅਸੀਂ ਜਿਹੜੀ ਨਾਕਾਬੰਦੀ ਹੁੰਦੀ ਹੈ, ਇੱਕ ਹੁੰਦੀ ਹੈ ਪਰਮਾਨੈਂਟ, ਉਹ ਹੈ ਇਹਨੂੰ ਅਸੀਂ ਸ਼ਿਫਟਿੰਗ ਨਾਕੇ ਦੇ ਤਰੀਕੇ ਨਾਲ ਜ਼ਿਆਦਾਤਰ ਵਰਤਦੇ ਹਾਂ ਵੀ ਤਾਂ ਕਿ ਬੰਦੇ ਨੂੰ ਇਹ ਨਾ ਲੱਗੇ ਵੀ, ਕ੍ਰਿਮੀਨਲ ਨੂੰ ਪਤਾ ਹੀ ਨਾ ਲੱਗੇ ਵੀ ਬੰਦੇ ਭਾਵੇਂ ਉਹੀ ਹੋਣ,
ਵੀ ਉਹ ਇੱਕ ਨੂੰ ਅੱਡ ਅੱਡ ਥਾਵਾਂ ਤੇ ਅਸੀਂ ਨਾਕਾ ਲਾ ਕੇ ਸ਼ਿਫਟਿੰਗ ਟਾਈਮ ਤੇ ਬਿਲਕੁਲ ਜਿੱਦਾਂ ਪੁਲਿਸ ਨੇ ਦੱਸਿਆ ਕਿ ਲਗਾਤਾਰ ਇੱਕ ਰਣਨੀਤੀ ਦੇ ਤਹਿਤ ਐਕਸਾਈਜ਼ ਤੇ ਪੁਲਿਸ ਡਿਪਾਰਟਮੈਂਟ ਵੱਲੋਂ ਪੰਜਾਬ ਸਰਕਾਰ ਲਗਾਤਾਰ ਨਸ਼ੇ ਦੇ ਮੁੱਦੇ ਨੂੰ ਲੈ ਕੇ ਬਹੁਤ ਸਖ਼ਤ ਹੈ ਔਰ ਬਹੁਤ ਹੀ ਸਖ਼ਤ ਹਿਦਾਇਤਾਂ ਨੇ ਮੁੱਖ ਮੰਤਰੀ ਪੰਜਾਬ DGP ਗੌਰਵ ਯਾਦਵ ਵੱਲੋਂ ਸਾਫ਼ ਤੌਰ ਤੇ ਕਿਸੇ ਵੀ ਜ਼ਿਲ੍ਹੇ 'ਚ ਕਿਸੇ ਵੀ ਏਰੀਆ ਦੇ ਵਿੱਚ ਕੋਈ ਨਸ਼ਾ ਜਿਹੜਾ ਹੈ ਉਹ ਨਹੀਂ ਵਿਕਣ ਦੇਵਾਂਗੇ ਕੋਈ ਵੱਡੇ ਨਸ਼ਾ ਤਸਕਰ ਹੈ ਉਹਨਾਂ ਦਾ ਵੀ ਜਿਹੜਾ ਹੈਗਾ ਉਹ ਖੁਲਾਸਾ ਜਿਹੜਾ ਜਲਦ ਕਰਾਂਗੇ ਮੋਹਾਲੀ ਤੋਂ ਕੈਮਰਾਮੈਨ ਸੰਦੀਪ ਕੁਮਾਰ ਨਾਲ ਮਨੋਜ ਰਾਠੀ ਨੂੰ ਜੀ ਟੀਮ ਪੰਜਾਬ